हाँ जी सत श्री अकाल जी, स्वागत है ताडा मालवा फार्म इनफॉर्मेशन चैनल पर। अज फिर आप पहुँचे हैं पटियाला मार्केट के। अज ट्रैक्टरों तो कुछ हट के आप दिखाने ट्रैक्टर वास्ते तो मशीन वास्ते कुछ लोड़ी के समान की डिटेल। सो आप गल करते हैं इस वीर आप दुकान का ज्ञानी हार्डवेयर स्टोर 386 नंबर दुकान आ हरजीत सिंह ज्ञानी जी ने, तो तुसी मोबाइल नंबर नोट कर सकते हो। सो आज गल करते आप दुकान के ओनर ना। सत श्री अकाल जी। हाँ जी हाँ जी, अपने दुकान के उत्ते जी जो भी समान उपलब्ध है जी, उन्होंने रेट जी किस रेट वाइज ने, जिमें कि आप गल करिए जिमें कि चाबिया ने जी। चाबी तोड़ के 150 रुपये किलो है। 150। अच्छा जी, ਸ਼ੈਣੀਆਂ ਗੁਣੀਆਂ ਪਲਾਸ ਪੇਸ਼ਕਾਰ ਸਭ ਕੁਝ ਤੋੜ ਕੇ ਮਿਲ ਜਾਂਦਾ ਜੀ। ਕੀ ਰੇਟ ਜੀ? 150 ਰੁਪਏ ਕਿਲੋ ਹੁੰਦਾ ਜੀ ਤੋੜ ਕੇ। ਟੋਟਲ ਸਮਾਨ ਆ ਜਿਹੜਾ ਇਹ ਜੀ, ਇਹ 150 ਰੁਪਏ ਕਿਲੋ ਮਿਲ ਜਾਂਦਾ ਜੀ। ਹੋਰ ਆਪਣੇ ਜਿਵੇਂ ਕਿਹਾ ਡਰਾਈ ਵਾਲਾ ਜੀ, ਡਰਾਈ ਵਾਲਾ ਮਿਲ ਜਾਂਦੀ 700-800 ਵੀ ਰੇਂਜ ਜੀ, ਰੀਅਲ ਟਾਊਨ ਦੇ ਵੀ ਭਾਰੀ। ਅੱਛਾ ਜੀ, ਤੇ ਸਿੰਗਲ ਰੇਟ ਦਾ 100 ਰੁਪਏ ਕਿਲੋ। ਅੱਛਾ ਜੀ, ਜੱਟ ਤੱਕ ਮਿਲ ਜਾਂਦੇ 80-90 ਰੁਪਏ ਕਿਲੋ ਦੇ ਹਿਸਾਬ ਨਾਲ। ਆ ਇਹ ਸੈਕਿੰਡ ਜੀ? ਹਾਂ ਜੀ, ਆ ਇਹ ਸੈਕਿੰਡ ਜੱਕ ਮਿਲਟਰੀ ਕੋਟੇ ਦੇ ਮਾਲ ਆਉਂਦਾ ਇਹ। ਅੱਛਾ ਜੀ, ਹੈਵੀ ਟੂਟੀ ਦੇ ਨਵੇਂ ਜੱਕ ਪੁਰਾਣੇ ਜੱਕ ਸਾਰੇ ਮਿਲ ਜਾਣਗੇ। ਹਰ ਸਾਲ ਅਲੱਗ ਅਲੱਗ ਰੇਟ ਹੁੰਦਾ ਇਹਨਾਂ ਦਾ ਜੀ। ਹੋਰ ਜੀ ਜਿਵੇਂ ਕਿ ਡੰਡੇ ਵਗੈਰਾ, ਡੰਡੇ ਟੋਪਲੇਕ ਵਗੈਰਾ, ਟਰੈਕਟਰ ਪਾਰਟ ਸਾਰਾ ਕੁਝ ਸਾਰਾ ਸਮਾਨ ਮਿਲ ਜਾਂਦਾ। ਹਾਂ ਜੀ, ਆਪਾਂ ਹਥੋੜੇ ਵਗੈਰਾ ਹੋ ਗਏ, ਟਰਾਵਲਾ ਹੋ ਗਈਆਂ, ਸੰਗਲ ਟੋਚਨ ਦਾ ਹੋ ਗਿਆ, ਨਵਾਂ ਪੁਰਾਣਾ ਸਾਰਾ ਮਹੱਤਵ ਚੀਜ਼ਾਂ ਮਿਲ ਜਾਂਦੀਆਂ। ਉਹ ਨਵੀਆਂ ਡਰਾਈਵਲ ਸੀ ਜੀ, ਇਹ ਪੁਰਾਣੀ ਪੁਰਾਣੀ ਹੀ ਤੋੜ ਕੇ ਮਿਲ ਜਾਂਦੀਆਂ ਵੀ। ਅੱਛਾ ਜੀ, ਇਹਦਾ ਰੇਟ ਜੀ? ਇਹ ਵੀ 70-80 ਰੁਪਏ ਕਿਲੋ ਤੋੜ ਕੇ ਹੁੰਦੀ ਹੈ। ਅੱਛਾ ਜੀ, 70-80 ਰੁਪਏ ਜੀ। ਜਿਵੇਂ ਲੋਹਾ ਤੇਜ਼ ਅੱਜ ਕੱਲ੍ਹ ਉਸ ਨਾਲ ਥੋੜਾ ਮਹਿੰਗਾ ਹੋ ਜਾਂਦਾ। ਹਾਂਜੀ ਹਾਂਜੀ, ਰੇਟ ਲੋਹਾ ਸਸਤਾ ਹੋਏਗਾ, ਮਾਲ ਸਸਤਾ ਹੋ ਜਾਂਦਾ ਜੀ। ਲੋਹੇ ਨਾਲ ਭਾਅ ਵਧੇ ਕਰਦੇ ਰਹਿੰਦੇ ਜੀ। ਜਿਵੇਂ ਮਾਲ ਹੋਇਆ ਉਹ ਸਸਤਾ ਲੋਹਾ ਮਹਿੰਗਾ ਤੇਜ਼ ਹੁੰਦਾ ਰਹਿੰਦਾ ਜੀ। ਇਹ ਕੁੰਡੇ ਗੰਡੇ ਸੁਹਾਗੇ ਨੂੰ ਪੈਂਦੇ, ਟੋਚਨ ਨੂੰ ਪੈ ਜਾਂਦੇ ਜੀ। ਅਤੇ ਬੈਲਟਾਂ ਜੋ ਟੰਗੇ ਬਾਲ ਟੋਚਨ ਦੇ ਕੰਮ ਆ ਜਾਂਦੀ ਹੈ, ਹੈਡਰ ਦੇ ਕੰਮ ਆਉਂਦੀ ਹੈ, ਹੈਡਰ ਦੀ ਚਲ ਜਾਂਦੀ ਹੈ ਬੈਲਟਾਂ। ਆਹ ਵਾਲੀ ਬੈਲਟ ਟੋਚਾ ਦਾ ਵੀ ਕੰਮ ਆਉਂਦੀ, ਬੈਲਟਾਂ ਦੇ ਉਹੀ ਕੰਮ ਆ ਜਾਂਦੀ ਸਾਰੀਆਂ ਇਹ। ਜਿਵੇਂ ਕਿ ਦੋਸਤੋ ਮਸ਼ੀਨਾਂ ਮਸ਼ੀਨਾਂ ਹੈਡਰ ਦੇ ਕੰਮ ਆ ਜਾਂਦੀ ਹੈ, ਟੋਚਨ ਦੇ ਵੀ ਕੰਮ ਆਉਂਦੀ ਹੈ ਜੀ। ਠੀਕ ਹੈ, ਚੈੱਕ ਪੀ ਹੋ ਗਿਆ, ਪੂਰੀ ਮਸ਼ੀਨਾਂ ਵਾਲੇ ਲੈ ਜਾਂਦੇ ਆ, ਇੰਜਣਾਂ ਵਾਲੇ ਲੈ ਜਾਂਦੇ ਆ। ਜਿਵੇਂ ਟੂਲ ਬਕਸੇ ਆ ਗਏ, ਟੂਲ ਟਾਲ ਪਾਉਣ ਵਾਸਤੇ ਮਿਲਟਰੀ ਮਾਲ ਚਾਹੁੰਦੇ ਆ ਇਹ। ਆਹ ਦੇਖੋ ਜੀ, ਬਹੁਤ ਵਧੀਆ ਫੋਲਡਿੰਗ ਵਾਲੇ, ਛੋਟਾ ਮੋਟਾ ਸਮਾਨ ਹਲਕਾ ਹਲਕਾ ਪੈਂਦਾ, ਖੋਲ ਕੇ ਦਿਖਾ ਜੀ। ਛੋਟਾ ਮੋਟਾ ਸਮਾਨ ਹਲਕਾ ਹਲਕਾ ਅਲੱਗ ਅਲੱਗ ਪੈਂਦਾ, ਹਲਕਾ ਸਮਾਨ ਆਹ ਦੇਖੋ ਜੀ, ਹਲਕਾ ਸਮਾਨ ਪੈਂਦਾ, ਸਮਾਨ ਕਿੱਥੇ ਪੈਂਦਾ, ਕਿੰਨੀ ਤਕਨੀਕ ਨਾਲ, ਬਹੁਤ ਵਧੀਆ ਜੀ। ਹਲਕਾ ਹਲਕਾ ਆ ਜਾਂਦੀਆਂ ਸਾਰੀਆਂ ਮਿਲ ਜਾਂਦੀਆਂ। ਅਤੇ ਆਹ ਵਾਲੇ ਸੈੱਟ ਜੀ? ਸੈੱਟ ਵੀ ਜੀ ਆਪਣੀ ਗੱਡੀ ਵੀ ਹੁੰਦੀ ਹੈ, ਤੋਲ ਕੇ ਦੇ ਦਿੰਦੇ ਹਾਂ ਅਸੀਂ ਜੀ, ਸਾਰੇ ਮਿਲ ਜਾਂਦੇ ਤੋਲ ਕੇ, ਤੋਲ ਦੇ ਆਪਣੀ ਗੱਡੀ ਹੁੰਦੀ ਹੈ। ਠੀਕ ਹੈ, ਉੱਕਾ ਉੱਕਾ ਮਿਲ ਜਾਂਦੀ ਹੈ, ਸਾਰੇ ਤਰ੍ਹਾਂ ਦੀ ਟਰੈਕਟਰ ਦੀ ਉੱਕ ਮਿਲ ਜਾਂਦੀ ਹੈ, ਉਹ ਵੀ ਤੋਲ ਕੇ ਮਿਲ ਜਾਂਦੀ ਹੈ। ਵੈਸੇ ਅੱਜ ਕੱਲ੍ਹ 100 ਰੁਪਏ ਕਿਲੋ ਰੇਟ ਹੈ, ਬਾਕੀ ਲੋਹਾ ਵੱਧਾ ਘਟਾ ਰਹਿੰਦਾ, ਰੇਟ ਉੱਪਰ 'ਚ ਹੁੰਦਾ ਰਹਿੰਦਾ ਹੈਗਾ ਜੀ ਜੀ, ਜੋ ਰੇਟ ਹੋਏਗਾ ਉਸੇ ਰੇਟ ਦਾ ਚੱਲਦਾ ਰਹਿੰਦਾ ਜੀ। ਠੀਕ, ਸੋ ਧੰਨਵਾਦ ਜੀ ਤੁਹਾਡਾ ਜਾਣਕਾਰੀ ਦੇਣ ਵਾਸਤੇ। ਸੋ ਇਹ ਸੀ ਆਪਣੀ ਦੁਕਾਨ ਨੰਬਰ, ਅਤੇ ਇੱਧਰ ਦੂਸਰੇ ਜੈੱਕ ਗੱਡੀਆਂ ਵਾਲੇ ਜੈੱਕ ਜੀ, ਜਿਵੇਂ ਕਿ ਗੱਡੀਆਂ ਵਾਸਤੇ ਆਪਣੇ ਲੋੜੀਂਦੇ ਹੁੰਦੇ ਆ ਉਹ ਜੈੱਕ, ਬਾਕੀ ਹੋਰ ਸਮਾਨ ਜਿਵੇਂ ਕਿ ਇਹ ਤਾੜ ਵਾਲੇ ਸਪਰਿੰਗ, ਸਟੇਅਰਿੰਗ ਜਿਵੇਂ ਕਿ ਛੋਟੇ ਸਟੇਅਰਿੰਗ ਹੁੰਦੇ ਨੇ ਗੱਡੀਆਂ ਵਾਲੇ ਜੀ, ਬਾਕੀ ਚਾਬੀਆਂ, ਜੋ ਵੀ ਤੁਹਾਨੂੰ ਸਮਾਨ ਚਾਹੀਦਾ ਇਸ ਦੁਕਾਨ ਦੇ ਉੱਤੇ। ਨੰਬਰ ਦੁਕਾਨ ਦਾ ਤੁਸੀਂ ਤੁਹਾਨੂੰ ਦਿਖਾਤਾ, ਸ਼ੋ ਕਰਤਾ, ਸੋ ਉਹੀ ਸਮਾਨ ਤੁਹਾਨੂੰ ਹਰ ਵਕਤ ਉਪਲਬਧ ਹੋਊਗਾ। ਸੋ ਜੇਕਰ ਆਪਾਂ ਗੱਲ ਕਰੀਏ ਰੇਟ ਦੀ, ਜਿਵੇਂ ਕਿ ਆਹ ਦੇਖੋ ਬਹੁਤ ਵਧੀਆ ਟੋਚਨ ਪਏ ਨੇ, ਤਾਰ ਵਾਲੇ ਟੋਚਨ ਨੇ। ਸੋ ਜੇਕਰ ਰੇਟ ਦੀ ਗੱਲ ਕਰੀਏ, ਰੇਟ ਬਹੁਤ ਜ਼ਿਆਦਾ ਮਾਲ ਇੱਥੇ ਤੋਲ ਕੇ ਹੀ ਦਿੱਤਾ ਜਾਂਦਾ। ਸੋ ਇਹ ਆ ਪਟਿਆਲਾ ਟਰੈਕਟਰ ਮਾਰਕੀਟ, ਕਬਾੜ ਮਾਰਕੀਟ ਵੀ ਕਹਿ ਦਿੰਦੇ ਹਾਂ, ਅਤੇ ਉਸਦੇ ਕੁਛ ਕੁ ਰੇਟ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਸੋ ਵੀਡੀਓ ਦੇਖਣ ਦੇ ਲਈ ਧੰਨਵਾਦ। ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਕਰੋ ਅਤੇ ਹੋਰ ਵੀ ਕਿਸਾਨ ਵੀਰਾਂ ਨਾਲ, ਤਾਂ ਜੋ ਹੋਰ ਵੀ ਕਿਸਾਨ ਵੀਰ ਜਾ ਕੇ ਸਮਾਨ ਲੈ ਸਕਣ। ਸੋ ਧੰਨਵਾਦ ਜੀ।